ਅਜੀਤ ਵੈਬ ਟੀਵੀ ਦੇਖਣ ਦੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਦੋਸਤੋ ਮੈਂ ਹਾਂ ਗੁਰਪ੍ਰੀਤ ਸਿੰਘ ਟਿੱਲੋਂ ਜਿਵੇਂ ਕਿ ਆਪ ਜਾਣਦੇ ਹੋ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਦੇਖਦੇ ਅੰਧ ਤੱਕ ਕਿਸਾਨ ਤੇ ਕੈਰ ਵਰਸਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਇੰਦਰ ਦੇਵਤਾ ਵੀ ਕੈਰ ਵਰਸਾਉਂਦਾ ਨਜ਼ਰ ਆ ਰਿਹਾ ਹੈ ਗੱਲ ਕਰ ਰਹੇ ਹਾਂ ਵੀ ਦੀ ਅੱਜ ਗੱਲ ਕਰੀਏ ਤਾਂ ਸਰਦੀ ਖੇਤਰ ਦੇ ਵਿੱਚ ਸਵੇਰ ਸਮੇਂ ਭਾਰੀ ਜਿਹੜਾ بارش ਹੋਈ ਹੈ ਤੇ ਨਾਲ ਹੀ ਜਿਹੜਾ ਤੇਜ਼ ਹਨੇਰੀ ਝੱਖੜ ਵੀ ਚੱਲਿਆ ਹੈ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਅਜੀਤ ਵੈਬਟੀ ਲਾਈਵ ਤਸਵੀਰਾਂ ਦਿਖਾ ਰਿਹਾ ਹੈ ਕਿ ਕਿਸ ਤਰ੍ਹਾਂ ਜਿਹੜੀ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਝੋਨੇ ਦੀ ਫਸਲ ਆ ਉਹ ਬਿਲਕੁਲ ਜ਼ਮੀਨ ਤੇ ਵਿਛ ਗਈ ਹੈ ਜਿਵੇਂ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਮੈਂ ਕੈਮਰਾ ਨੂੰ ਇੱਕ ਸ਼ਾਟ ਦਿਖਾਉਣ ਕੇ ਜਿਹੜੇ ਬਿਲਕੁਲ ਜਿਹੜੀ ਇਸ ਖੇਤਰ ਦੇ ਵਿੱਚ ਇਸ ਸਮੇਂ ਪਰਮਲ ਤੇ ਬਾਸਮਤੀ 1509 ਦੀ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਸੀ ਇਹ ਜਿਹੜੀ ਆ بارش ਹੋਣ ਨਾਲ ਜ਼ਮੀਨ ਤੇ ਵਿਛ ਗਈ ਹੈ ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਦਾ ਖਰਾਬ ਹੋਣ ਦਾ ਨੁਕਸਾਨ ਵੀ ਦਾਰੇ ਚਤਾਰਿਆ ਤੇ ਇੱਥੇ ਕੁਝ ਕਿਸਾਨ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਅੱਜ ਦਾ بارش ਹੋਈ ਹੈ ਇਹਦਾ ਕਿੰਨਾ ਕੁ ਫਾਇਦਾ ਤੇ ਕਿੰਨਾ ਕੁ ਨੁਕਸਾਨ ਹੋਇਆ ਕਿਉਂਕਿ ਕਈ ਜਗ੍ਹਾ ਦੇਖ ਲਿਆ ਜਿਵੇਂ ਬਾਸਮਤੀ 1509 ਹੀ ਉਹਦੀ ਵਾੜੀ ਪੂਰੇ ਜੋਰਾਂ ਨਾਲ ਚੱਲ ਰਹੀ ਸੀ ਵਾੜੀ ਰੁਕ ਗਈ ਹੈ ਉੱਥੇ ਹੀ ਜਿਹੜੀ ਬਾਸਮਤੀ 1121 ਉਹ ਵੀ ਨਿਸਰਨਦੀ ਸੀ ਤੇ ਉਹ ਵੀ ਜ਼ਮੀਨਾਂ ਤੇ ਵਿਸ਼ੀ ਨਜ਼ਰ ਆ ਰਹੀ ਹੈ ਸਾਡੇ ਨਾਲ ਨੇ ਇੱਥੇ ਕਿਸਾਨ ਗੋਲਦੀ ਜਿਹੜਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਹਾਂਜੀ ਰਿਆਰ ਸਾਹਿਬ ਅੱਜ ਕਾਫੀ بارش ਹੋਈ ਹੈ ਪਹਿਲਾਂ ਵੀ بارش ਕੁਝ ਦਿਨ ਪਹਿਲਾਂ ਹੋਈ ਸੀ ਥੋੜੀ ਸੀ ਅੱਜ ਜਿਵੇਂ ਦੇਖ ਰਹੇ ਅਸੀਂ ਜ਼ਮੀ ਬਾਸਮਤੀ 1509 ਪਰਮਲਾ ਜਪੂਰੀ ਤਾਂ ਵੇਚ ਗਿਆ ਕਿੰਨਾ ਕ ਨੁਕਸਾਨ ਹੋਊਗਾ ਕਿਸਾਨ ਦਾ ਵੇਖੋ ਜੀ ਜਦੋਂ ਕਿਸਾਨ ਆਪਣੀ ਫਸਲ ਬੀਜ ਕੇ ਬਹੁਤ ਉਮੀਦਾਂ ਲਾਉਂਦਾ ਆਪਣੀ ਫਸਲ ਦੇ ਉੱਤੇ ਜਿੰਨਾ ਚਿਰ ਕਿਸਾਨ ਦੀ ਫਸਲ ਮੰਡੀ ਜਾ ਕੇ ਵੇਖ ਨਹੀਂ ਜਾਂਦੀ ਉਹਨਾਂ ਚਿਰ ਨੁਕਸਾਨ ਹੀ ਨੁਕਸਾਨ ਆ ਜੀ ਕੋਈ ਦੱਸ ਨਹੀਂ ਸਕਦੇ ਇੱਕ ਤੇ ਸਰਕਾਰਾਂ ਲੈ ਬੈਠੀਆਂ ਕਿਸਾਨਾਂ ਨੂੰ ਇੱਕ ਸਾਡਾ ਇੰਦਰ ਦੇਵਤਾ ਜਿਹੜਾ ਕਹਿਰਵਾਣਾ ਹੈ ਚਲੋ ਪਰਮਾਤਮਾ ਤੇ ਭਰੋਸਾ ਰੱਖਣਾ ਪੈਣਾ ਜੋ ਕਰਦਾ ਉਹ ਸਹੀ ਕਰਦਾ ਹੈ ਹੋ ਸਕਦਾ ਹੈ ਇਹਦੇ ਵਿੱਚ ਆਮ ਪਬਲਿਕ ਦਾ ਭਲਾ ਹੁੰਦਾ ਹੋਵੇ ਪਰ ਸਾਡਾ ਨੁਕਸਾਨ ਜ਼ਿਮੀਦਾਰਾਂ ਦਾ ਜੋ ਹੋ ਰਿਹਾ ਬਹੁਤ ਹੀ ਜ਼ਿਆਦਾ ਨੁਕਸਾਨ ਹੈ ਆ ਫਸਲਾਂ ਦੇਖ ਰਹੇ ਹੋ ਤੁਸੀਂ ਸਾਰੀਆਂ ਪੱਕੀਆਂ ਫਸਲਾਂ ਇਹ ਪੰਜਾਂ ਸੱਤਾਂ ਦਿਨਾਂ ਨੂੰ ਵੱਢਣ ਵਾਲੀਆਂ ਫਸਲਾਂ ਨੇ ਸਾਰੀਆਂ ਸਾਰੀਆਂ ਹੀ ਨੱਪੀਆਂ ਗਈਆਂ ਵੇਸ ਗਈਆਂ ਨੇ ਇਹਦੀ ਜਿਹੜੀ ਵਢਾਈ ਕੰਬੈਨ데요 ਵੀ ਵਾਧ ਦੇਣੀ ਪਊ ਕਿਸਾਨ ਨੂੰ ਬਾਕੀ ਵੱਢਣ ਲੱਗਿਆ ਵੀ ਇਹਦੇ ਦਾਣੇ ਕਿਰਨੇ ਆ ਨੁਕਸਾਨ ਹੀ ਨੁਕਸਾਨ ਹੋ ਰਿਹਾ ਜ਼ਿਮੀਦਾਰ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਸਾਨੂੰ ਮਾਅਬਜਾ ਕੋਈ 2019 ਦੇ ਵਿੱਚ ਸਾਡੀ ਇਥੇ ਤਿੰਨਾਂ ਪਿੰਡਾਂ ਦੀ ਰਿਆੜ ਬੋਲੀਆਂ ਰਾਪੁਰ ਦੀ ਕਣਕ ਜਿਹੜੀ ਸੜ ਗਈ ਸੀ ਅਜੇ ਅੱਗ ਲੱਗ ਕੇ ਜਿਹੜੀ ਉਹ ਠੰਡੀਆਂ ਨਹੀਂ ਹੋ ਜਾਂਗਿਆਆਂ ਸਾਡੇ ਇਲਾਕੇ ਦੇ ਵਿਧਾਇਕ ਸਰਦਾਰ ਹਰਪ੍ਰਤਾਪ ਸਿੰਘ ਜੀ ਅਜਨਾਲਾ ਤੇ ਐਮਪੀ ਸਰਦਾਰ ਗੁਰਜੀਤ ਸਿੰਘ ਜੀ ਔਜਲਾ ਕਿਸਾਨਾਂ ਦੇ ਕੋਲ ਉਸੇ ਵੇਲੇ ਪਹੁੰਚੇ ਸੀ ਉਸੇ ਵੇਲੇ ਤਹਿਸੀਲਦਾਰ ਸਾਹਿਬ ਨੂੰ ਸੱਦ ਕੇ ਉਹਨਾਂ ਨੇ ਗਰਦੌਰੀ ਕਰਨ ਦਾ ਹੁਕਮ ਦਿੱਤਾ ਪਰ 2019 ਦੀਆਂ ਸੜੀਆਂ ਕਣਕਾਂ ਦਾ ਅਜੇ ਤੱਕ ਇੱਕ ਪੰਜਾ ਨਹੀਂ ਕਿਸੇ ਨੂੰ ਮਿਲਿਆ ਅਸੀਂ ਕੀ ਮੀਤ ਰੱਖਾਂਗੇ ਨਾ ਸਰਕਾਰਾਂ ਕੋ ਅਸੀਂ ਪਰਮਾਤਮਾ ਕੋਲ ਅਸੀਂ ਅਰਦਾਸ ਬੇਨਤੀ ਕਰਦੇ ਸੱਚੇ ਪਾਸਾ ਜਿਹੜੀਆਂ ਫਸਲਾਂ ਪੱਕੀਆਂ ਇਹਨਾਂ ਦੇ ਕੈਰਵਾਨ ਨਾ ਹੋਈਏ ਆਪਾਂ ਇਹਨੂੰ ਜਿਹੜਾ ਜ਼ਿਮੀਂਦਾਰ ਆਪਣੀ ਫਸਲ ਜਿਹੜੀ ਲੈ ਕੇ ਆਪਣਾ ਜਾ ਕੇ ਮੰਡੀ ਦੇ ਵਿੱਚ ਵੇਚ ਕੇ ਦਾ ਆਪਣਾ ਕਰਜ਼ਾ ਲਾਵੇ ਜੋ ਚੁੱਕਿਆ ਚੁਕਾਇਆ ਹੈ ਇਸ ਕਰਕੇ ਬਹੁਤ ਹੀ ਨੁਕਸਾਨ ਹੈ ਜ਼ਿਮੀਂਦਾਰ ਦਾ ਦੱਸ ਨਹੀਂ ਸਕਦੇ ਜੀ ਸਾਰਾ ਹੋਰ ਕਿਸਾਨ ਹੀ ਹੋ ਗਿਆ ਭਾਈ ਸਾਹਿਬ ਜਿਵੇਂ ਦੇਖ ਰਹੇ ਆ ਕਿ ਜਿਵੇਂ ਆ ਪਰਮਲ ਦੀ ਫਸਲ ਹੈ ਇਹ ਵੀ ਜ਼ਮੀਨ ਤੇ ਵੇਚ ਗਈ ਹੈ 1509 ਦੀ ਵਾਢੀ ਰੁਕ ਗਈ ਹੈ 1121 ਜਿਹੜੀ ਬਾਸਮਤੀ ਸੀ ਉਹ ਵੀ ਨਿਸਰਨ ਦੇ ਸੀ ਉਹ ਵੀ ਜ਼ਮੀਨਾਂ ਦੇ ਵਿਸ਼ੀਆਂ ਪੀਆ ਵੇਖੋ ਵੀਰ ਜੀ ਜਿਹੜੀ ਹੁਣ ਪਲਮਣ ਆ ਜੀ ਪਲਮਣ ਦਾ ਤੇ ਅੱਗੇ ਮੋਇਸਚਰਾਈਜ਼ਰ ਦਾ ਪੰਗਾ ਪਿਆ ਸੀਗਾ ਹੁਣ ਤੁਸੀਂ ਵੇਖੋ ਵੀ ਆ ਇਹਦੇ ਵਿੱਚ ਅੱਧਾ ਅੱਧਾ ਫੁੱਟ ਪਾਣੀ ਖਲੋ ਗਿਆ ਇਹ ਕਦੋਂ ਵਾਰਡ ਹੋਊਗੀ ਕਦੋਂ ਮੰਡੀ ਵਿਗੂਗੀ ਇਹ ਨਾ ਤੇ ਇਹਦਾ ਮੋਇਸਚਰਾਈਜ਼ਰ ਸੁੱਕਣਾ ਨਾ ਕੋਈ ਗੱਲ ਨਾ ਬਾਅਦ ਸਰਕਾਰਾਂ ਸੈਂਟਰ ਸਰਕਾਰ ਦੇ ਅੱਗੇ ਹੀ ਖਤਮ ਕਰਨ ਨੂੰ ਫਿਰਨ ਡਈ ਆ ਜਿੰਮੇਦਾਰ ਨੂੰ ਕਿ ਕਿਸ ਤਰੀਕੇ ਨਾਲ ਜਿੰਮੇਦਾਰ ਖਤਮ ਹੋ ਜੇ ਤੇ ਆਪਣੀ ਵਾਈ ਛੱਡ ਜੇ ਤੇ ਕੋਈ ਹੁਣ ਰੱਬ ਕਹਿਰਵਾਣ ਹੋਣ ਡਿਆ ਹੁਣ ਯੋਰ ਤੇ ਕਿਸੇ ਦਾ ਨਹੀਂ ਇਹਦੇ ਉੱਤੇ ਹੈਗਾ ਰੱਬ ਦੇ ਦੇ ਪਰ ਆ ਵੀ ਸੈਂਟਰ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਹੁਣ ਇੱਥੇ ਅਸੀਂ ਮੋਇਸਚਰਾਈਜ਼ਰ ਇਹਦੇ ਤੇ ਕਿਹੜਾ ਸ਼ੈੱਡ ਪਾ ਦਈਏ ਹਣਾ ਦੱਸੋ ਵੀ ਆਹ ਪਲਮਣ ਦਾ ਇੰਨਾ ਨੁਕਸਾਨ ਹੋ ਗਿਆ ਪਲਮਣ ਨੂੰ ਸਰਕਾਰੀ ਖਰੀਦ ਦੇ ਵਿੱਚ ਜਾਣੀ ਆ ਤੇ ਇਹਦੇ ਤੋਂ ਹੁਣ ਮੋਇਸਚਰਾਈਜ਼ਰ ਆਉਣਾ ਕਿ ਨਹੀਂ ਆਉਣਾ ਤੁਸੀਂ ਸਾਰੇ ਸਿਆਣੇ ਜਿਹੜੇ ਸਰੋਤੇ ਸੁਣ ਰਹੇ ਜੇ ਤੁਸੀਂ ਦੱਸੋ ਕਿ ਇੱਥੇ ਹੁਣ ਮੋਇਸਚਰਾਈਜ਼ਰ ਆਵੇਗਾ ਕਿ ਨਹੀਂ ਆਵੇਗਾ ਤੁਸੀਂ ਮੋਇਸਚਰਾਈਜ਼ਰ ਦੀ ਗੱਲ ਕੀਤੀ ਜਿਵੇਂ ਹੁਣ ਵੇਖ ਰਹੇ ਆ ਕਿ ਫਸਲ ਬਿਲਕੁਲ ਜ਼ਮੀਨਾਂ ਲੱਗੀ ਆ ਇਹਦੇ ਦਾਣਿਆਂ ਦੇ ਰੰਗ ਤੇ ਵੀ ਕੋਈ ਫਰਕ ਪਊਗਾ ਕੋਈ ਆਲ ਓਵਰ ਝਾੜ ਜਦੋਂ ਕੰਬਾਈਨ ਨੇ ਤੇ ਚੱਲਣਾ ਪਲਮਣ ਦੇ ਉੱਤੇ ਇਹਨੇ ਸਾਰੇ ਅੱਧੇ ਦਾਣੇ ਥੱਲੇ ਕੇਰੀ ਜਾਣੇ ਅੱਧੇ ਜੱਟ ਦੇ ਬੱਲੇ ਪੈਣੇ ਆ ਆਲ ਓਵਰ ਝਾੜ ਸਾਰਾ ਖਤਮ ਹੋ ਜਾਣਾ ਕੰਬੈਨ ਜਿਹੜੀ 1500 ਚ ਵਾੜ ਕਰਨੀ ਉਹਨੇ 35000 ਰੁਪਇਆ ਲੈਣਾ ਹਰ ਇੱਕ ਹਰ ਇੱਕ ਗੱਲ ਦੇ ਵਿੱਚ ਲਾਸ ਹੋ ਗਿਆ ਨਾ ਜ਼ਿਮੀਂਦਾਰ ਦਾ ਤੇ ਜ਼ਿੰਮੇਵਾਰ ਕੌਣ ਕੋਈ ਵੀ ਨਹੀਂ ਜੇ ਗੱਲ ਕਰੀ ਤਾਂ ਪ੍ਰਤੀ ਏਕੜ ਇਸ ਵਾਰਸ ਨਾਲ ਜਿਹੜੀ ਪਰਮਲ ਜਿਹੜੀ ਜ਼ਮੀਨ ਤੇ ਵਿਛ ਗਈ ਆ ਜਾਂ ਹੋਰ ਪਾਣੀ ਵਿੱਚ ਡੁੱਬੀ ਪਈ ਆ ਉਹਦਾ ਕਿੰਨਾ ਕ ਨੁਕਸਾਨ ਹੋਊਗਾ ਕਿਸਾਨ ਨੂੰ ਨੁਕਸਾਨ ਤੁਸੀਂ ਕਹਿ ਲਓ ਵੀ ਕੋਈ 15 ਤੋਂ 20000 ਰੁਪਇਆ ਦਾ ਨੁਕਸਾਨ ਕਿੱਲੇ ਦਾ ਹੋ ਜਾਣਾ ਅਰਬਾਂ ਖਰਬਾਂ ਦਾ ਹੋਣਾ 20000 ਦਾ ਨਹੀਂ ਅਰਬਾਂ ਖਰਬਾਂ ਦਾ ਨੁਕਸਾਨ ਹੋ ਗਿਆ ਪੰਜਾਬ ਦਾ ਅੱਜ ਦੇ ਮੀਂਹ ਦੇ ਨਾਲ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਮਾਲਵਾ ਪੱਟੀ ਦੇ ਵਿੱਚ ਪਹਿਲਾਂ ਹੀ ਗਲੱਡੀਛ ਹੁੰਦੀ ਨੇ ਹਲਵਾ ਕੀਤਾ ਨਰਮੇ ਦੀ ਜਿਹੜੀ ਫਸਲ ਸੀ ਉਹ ਖਰਾਬ ਹੋ ਗਈ ਸੀ ਜੇ ਇੱਧਰ ਗੱਲ ਕਰੀਏ ਤਾਂ ਮੱਝ ਦੇ ਵਿੱਚ ਵੀ ਅੱਜ ਬਹੁਤ ਜਗ੍ਹਾ ਤੇ ਪਾਣੀ ਜਿਹਦੇ ਵਿੱਚ ਫਸਲਾਂ ਡੁੱਬੀਆਂ ਪਈਆਂ ਨੇ ਵੇਸ਼ੀਆਂ ਸਰਕਾਰ ਕੋਲੋਂ ਕੀ ਮੰਗ ਕਰੋਗੇ ਸਰਕਾਰ ਕੋਲੋਂ ਵੀ ਦੀ ਕਾਦੀ ਮੰਗ ਕਰਨੀ ਮੰਗਦੇ ਉਸ ਬੰਦੇ ਕੋ ਕਰੀਏ ਜਿੰਨੇ ਕੋਈ ਦੇ ਦੇਣਾ ਹੋਵੇ ਜਿੰਨੇ ਦੇਣੇ ਕੱਖ ਨਹੀਂ ਉਹ ਕੋ ਮੰਗ ਕਾਦੀ ਕਰਨੀ ਮੰਗਦੇ ਹੁਣ ਰੱਬ ਆ ਕੇ ਕਰਦੇ ਆ ਸਾਨੂੰ ਬਚਾ ਕੇ ਰੱਖ ਜਿਵੇਂ ਜਿੱਤਰ ਸਿੰਘ ਜੀ ਜਿਵੇਂ ਦੇਖ ਰਹੇ ਆ ਕਿ ਇਸ ਸਮੇ 1509 ਦੀ ਬਾਡੀ ਪੂਰੇ ਜੋਰ ਨਾਲ ਸੀ ਪਰਮਲਦੀ ਵੀ ਚੱਲਣ ਵਾਲੀ ਸੀ ਕੰਬਾਈਨਾਂ ਵੀ ਰੁਗ ਗਈਆਂ ਹੋਣਗੀਆਂ ਕਿੰਨੇ ਕ ਦਿਨ ਬਾਅਦ ਹੁਣ ਜਿਹੜਾ ਜ਼ਮੀਨ ਸੁੱਕੇਗੀ ਤੇ ਫਿਰ ਝੋਨਾ ਵੱਢ ਹੋ ਸਕੂਗਾ ਵੇਖੋ ਵੀਰ ਜੀ ਘਟੋ ਘਟ ਵੀ 8 ਦਿਨ ਜਿਹੜੀਆਂ ਕੰਬਾਈਨਾਂ ਨਹੀਂ ਚੱਲਣਗੀਆਂ ਜੇ ਹਿਸਾਬ ਨਾਲ ਝੋਨਿਆਂ ਦੇ ਵਿੱਚ ਪਾਣੀ ਖਲੋਤਾ ਤੇ ਜੋ ਹਾਲਤ ਝੋਨੇ ਦੀ ਹੋ ਚੁੱਕੀ ਆ ਝੋਨੇ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਆ ਕਿਉਂਕਿ ਇਹਦੇ ਜਿਹੜੀ ਵढਾਈ ਆ ਉਹ ਵੀ ਸਾਨੂੰ ਮਹਿੰਗੀ ਪਵੇਗੀ ਹੈ ਤੇ ਦਾਣੇ ਕਾਲੇ ਹੋ ਜਾਣੇ ਨੇ ਉਸ ਤੋਂ ਬਾਅਦ ਦਾਣੇ ਤਾਂ ਉਨੇ ਕਾਲੇ ਨਹੀਂ ਹੋਣੇ ਪਰ ਜਿੰਨਾ ਵਪਾਰੀਆਂ ਦੀ ਅੱਖ ਕਾਲੀ ਹੋ ਜਣੀ ਆ ਵਪਾਰੀ ਨਹੀਂ ਚਾਹੁੰਦੇ ਵਪਾਰੀਆਂ ਨੇ ਆਖਣਾ ਕਿ ਹੁਣ ਵੇਖੋ ਜੀ ਤੁਹਾਡਾ ਝੋਨਾ ਨੂੰ ਉਹ ਹੋ ਗਿਆ ਜੇ ਹੋ ਗਿਆ ਪ੍ਰਮਾਤਮਾ ਨੇ ਤਾਂ ਜੋ ਕੀਤਾ ਕੀਤਾ ਹੀ ਆ ਪਰ ਸਾਨੂੰ ਹੁਣ ਵਪਾਰੀਆਂ ਨੇ ਮਾਰਕ ਮਾਰਨੀ ਆ ਉਹਨਾਂ ਨੇ ਆਖਣਾ ਜੀ ਇਹਦੇ ਵਿੱਚ ਮੌਚਰ ਜ਼ਿਆਦਾ ਜੇ ਇਹਦੇ ਵਿੱਚ ਦਾਣਿਆਂ 'ਚ ਸੇਲ ਲਿਆ ਦੂਜਾ ਤੀਜਾ ਬਹੁਤ ਜ਼ਿਆਦਾ ਏ ਸਾਨੂੰ ਹੁਣ ਵਪਾਰੀਆਂ ਤੋਂ ਡਰ ਆਉਂਦਾ ਵਾ ਰੱਬ ਨੇ ਤੇ ਚਲੋ ਜਿਹੜਾ ਕੀਤਾ ਉਹ ਕੀਤਾ ਹੀ ਆ ਉਸ ਚੀਜ਼ ਨਾਲ ਹੀ ਬਿਲਕੁਲ ਚਲੋ ਪ੍ਰਮਾਤਮਾ ਦੇ ਅੱਗੇ ਨਹੀਂ ਕੋਈ ਕੋਸ਼ਿਸ਼ ਕਰ ਸਕਦਾ ਵਪਾਰੀਆਂ ਦਾ ਕੀ ਡਰ ਸਤਾ ਰਿਹਾ ਤੁਹਾਨੂੰ ਦੇਖੋ ਜੀ ਵਪਾਰੀਆਂ ਦਾ ਇਹ ਡਰਿਆ ਕਿ ਉਹਨਾਂ ਨੇ ਸਾਨੂੰ ਆਖਣਾ ਵਾ ਕਿ ਤੁਹਾਡੀ ਜਿਹੜੀ ਇਹ ਦਾਣੇ ਕਾਲੇ ਪੈ ਗਏ ਆ ਜੀ ਇਹਦੇ ਵਿੱਚ ਮੌਚਰ ਜ਼ਿਆਦਾ ਆ ਸੇਲ ਜ਼ਿਆਦਾ ਆ ਹੈ ਇਹਨੂੰ ਉਹ ਹੋ ਗਿਆ ਜੇ ਹੋ ਗਿਆ ਜੇ ਤੇ ਇਹਦੇ ਵਿੱਚ ਖਰੀਦਣਾ ਨਹੀਂ ਉਹਨਾਂ ਸਹੀ ਤਰੀਕੇ ਨਾਲ ਸਾਨੂੰ ਖਰਾਬ ਕੀ ਲੱਗਦਾ ਵੀ ਰੇਟ ਘੱਟ ਲਾਉਣਗੇ ਦੇਖੋ ਜੀ ਪੱਕੀ ਗੱਲ ਆ ਇਹਦੇ ਵਿੱਚ ਨਾਂ ਵਾਲੀ ਤੇ ਗੱਲ ਹੀ ਕੋਈ ਨਹੀਂ ਗਈ ਅੱਗੇ ਚੰਗੀ ਭਲੀ ਫਸਲ ਖਰੀਦਣ ਲੱਗਿਆਂ ਤੇ ਵਪਾਰੀ ਮਰਦੇ ਜਾਂਦੇ ਨੇ ਆ ਉਹ ਆਖੀ ਜਾਂਦੇ ਆ ਜੀ ਇਹਦੇ ਵਿੱਚ ਦਾਗ ਹੀ ਨੇ ਹੈ ਇਹਦੇ ਚ ਮੌਚਰ ਆ ਤੇ ਜਿਹੜੀ ਪਹਿਲਾਂ ਹੀ ਹੁਣ ਲਪੇਟ ਚ ਆ ਗਈ ਆ ਹੈ ਇਹਨੂੰ ਪੱਤਲ ਵੀ ਜ਼ਿਆਦਾ ਪੈ ਜਾਣੀ ਆ ਤੇ ਦਾਗੀ ਦਾਣੇ ਵੀ ਹੋਣੇ ਨੇ ਤੇ ਮੌਚਰ ਵੀ ਜ਼ਿਆਦਾ ਆਉਣਾ ਵਾ ਹੋਰ ਕਿਸਾਨ ਵੀ ਵਹਿ ਗਿਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਸ ਜਿਹੜੀ ਆ ਮੀਂਹ ਬਾਅਦ ਉਹਨਾਂ ਦਾ ਕੀ ਨੁਕਸਾਨ ਹੋਗਾ ਭਾਈ ਸਾਹਿਬ ਜਿਵੇਂ ਕਿਸਾਨ ਸਾਰੇ ਵੀਰ ਗੱਲ ਕਰ ਰਹੇ ਸੀ ਕਿ ਸਾਡਾ ਵੱਡਾ ਨੁਕਸਾਨ ਹੋਊਗਾ ਦਾਣੇ ਵੀ ਕਾਲੇ ਹੋਣਗੇ ਤੁਹਾਡੀ ਕਿੰਨੀ ਕੁ ਪਰਮਲ ਵੀ ਤੁਸੀਂ ਬੀਜੀ ਤੇ ਕੀ ਨੁਕਸਾਨ ਹੁੰਦਾ ਹੁੰਦਾ ਡਰ ਤੁਹਾਨੂੰ ਵੇਖੋ ਵੀਰ ਜੀ ਅਸੀਂ ਪਰਮਲ ਦਾ ਜ਼ਿਆਦਾ ਰਕਬਾ ਅਰਕਾਂ ਬੀਜਿਆ ਸੀ ਤੇ ਉਹ ਸਾਰਾ ਹੀ ਪਾਣੀ ਦੀ ਲਪੇਟ ਵਿੱਚ ਵੇਚ ਚੁੱਕਾ ਵਾ ਹੁਣ ਉਹ ਸਾਰਾ ਹੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵੇ ਇੱਕ ਤੇ ਹਰਿਆ ਸੀਗਾ ਦਾਣੇ ਵੀ ਕਾਲੇ ਹੋ ਜਾਣੇ ਆ ਪੱਤਲ ਵੀ ਜਿਆਦਾ ਪੈ ਜਾਣੀਆਂ ਤੇ ਦੂਸਰਾ ਏਰਕਾਂ ਅੱਗੇ ਬਿਜਲੀ ਬਹੁਤ ਘੱਟ ਮਿਲੀ ਸਾਨੂੰ 4 ਘੰਟੇ ਬਿਜਲੀ ਮਿਲੀ ਸੀ ਤੇ ਜਿਹਦੇ ਕਰਕੇ ਅਸੀਂ ਡੀਜ਼ਲ ਵੀ ਬਹੁਤ ਜ਼ਿਆਦਾ ਫੂਕਿਆ ਜੀ ਤੇ ਡੀਜ਼ਲ ਜ਼ਿਆਦਾ ਫੂਕਣ ਕਰਕੇ ਅੱਗੇ ਖਰਚੇ ਬਹੁਤ ਜ਼ਿਆਦਾ ਹੋ ਚੁੱਕੇ ਆ ਉਤੋਂ ਹੁਣ ਇਹ ਵੀ ਨੁਕਸਾਨ ਹੋ ਰਿਹਾ ਸਾਡੀ ਚੰਨੀ ਸਾਹਿਬ ਅੱਗੇ ਇਹੋ ਹੀ ਆ ਪੀ ਦਰਗਵਾਸਤੀ ਗਿਣੋ ਕਿ ਉਹ ਸਾਡੇ ਬਣਦੇ ਮੁੱਲ ਜਿਹੜੇ ਆ ਉਹ ਸਹੀ ਦਿੱਤੇ ਜਾਣ ਤੇ ਤਾਂ ਜੋ ਸਾਨੂੰ ਕੋਈ ਬਹੁਤਾ ਇਹਦੇ ਵਿੱਚ ਜ਼ਿਆਦਾ ਨੁਕਸਾਨ ਨਾ ਹੋ ਸਕੇ ਇਹ ਸਰਕਾਰ ਕੋ ਮੰਗ ਹੋਣੀ ਚਾਹੀਦੀ ਹੈ ਇਦਾਂ ਹੋਣਾ ਜਿਦਾ ਕਿ ਸਰਕਾਰ ਵਿਸ਼ੇਸ਼ ਦਾਤਾਂ ਕਰੇ ਜਿਹੜੀਆਂ ਖਰੀਦ ਏਜੰਸੀਆਂ ਉਹਨਾਂ ਨੂੰ ਕੋਈ ਜਿਹੜਾ ਝੋਨੇ ਦਾ ਕੋਈ ਥੋੜਾ ਬੜਾ ਨਮੀ ਆ ਜਾਂ ਕੋਈ ਦਾਣੇ ਦਾ ਖਰਾਬੀ ਆ ਹੋਈ ਹੈ بارش ਕਰਕੇ ਉਹਨੂੰ ਪੂਰੇ ਮੁੱਲ ਤੇ ਖਰੀਦਾ ਜਾਵੇ ਬਿਲਕੁਲ ਜੀ ਬਿਲਕੁਲ ਹੁਣ ਇਹ ਵੇਖੋ ਜੀ ਇਹ ਤੇ ਕਿਸੇ ਦੇ ਵੀ ਹੱਥ ਵਸ ਨਹੀਂ بارش ਹੋਣ ਕਰਕੇ ਤੇ ਇਹ ਸਾਡੇ ਨੂੰ ਸਰਕਾਰ ਅੱਗੇ ਦਰਖਾਸਤ ਹੈ ਆਪ ਵੀ ਸਾਡੀ ਉਹ ਸਾਨੂੰ ਥੋੜੀਆਂ ਜੀਆਂ ਹਦਾਇਤਾਂ ਦੇਣ ਕਿ ਜੋ ਮੌਚਰ ਆ ਉਹ ਵੀ ਥੋੜਾ ਜਿਹਾ ਘੱਟ-ਕੱਟਿਆ ਜਾਵੇ ਤੇ ਬਾਕੀ ਦਾਣੇ ਜਿਹੜੇ ਦਾਗ ਹੀ ਕਾਲੇ ਹੋਣੇ ਆ ਉਹਨੇ ਵਿੱਚ ਉਹਨਾਂ ਵਿੱਚ ਵੀ ਥੋੜੀ ਜੀ ਰਾਤ ਕੀਤੀ ਜਾਵੇ ਸੋ ਤੋਂ ਤੁਸੀਂ ਸੁਣ ਰਹੇ ਸੀ ਕਿਸਾਨਾਂ ਨੇ ਆਪਣਾ ਦਰਦ ਦੱਸਿਆ ਕਿ ਜਿਹੜੀ ਅੱਜ ਬੇਮੌਸਮੀ ਬਰਸਾਤ ਹੋਈ ਹੈ ਸਰਦੀ ਖੇਤ ਦੇ ਵਿੱਚ ਉਸ ਨਾਲ ਕਿਸਾਨਾਂ ਦਾ ਕਿੰਮੇ ਦਾ ਨੁਕਸਾਨ ਹੈ ਉਹਦੇ ਨਾਲ ਹੀ ਉਹਨਾਂ ਸਰਕਾਰ ਕੋਲੋਂ ਵੀ ਮੰਗ ਕੀਤੀ ਕਿ ਜਿਹੜਾ ਜਿਵੇਂ ਹੁਣ ਪਰਮਲ ਦੀ ਫਸਲ ਦੀ ਵਾਢੀ ਸ਼ੁਰੂ ਹੋ ਜਣੀ ਹੈ ਜਿਸ ਨੂੰ ਸਰਕਾਰੀ ਰੇਟ ਤੇ ਹੀ ਖਰੀਦਿਆ ਜਾਣਾ ਤੇ ਕਿਸਾਨਾਂ ਨੇ ਇਹ ਵੀ ਸਰਕਾਰ ਕੋਲੋਂ ਮੰਗ ਕੀਤੀ ਕਿ ਜਿੱਥੇ ਇਹਨਾਂ ਦੀ ਵਿਸ਼ੇਸ਼ ਗਰਦਵਾਰੀ ਕਰਾ ਕੇ ਮਾਅਵਾ ਦਿੱਤਾ ਜਾਵੇ ਕਿ ਜੋ ਜ਼ਿਆਦਾ ਫਸਲ ਖਰਾਬ ਹੈ ਤੇ ਉੱਥੇ ਹੀ ਸਰਕਾਰ ਨੂੰ ਇਹ ਵੀ ਉਹਨਾਂ ਨੇ ਅਪੀਲ ਕੀਤੀ ਆ ਕਿ ਇਹਦੀ ਜਿਹੜੀ ਨਮੀ ਦੀ ਮਾਤਰਾ ਵੀ ਘਟ ਕੀਤੀ ਜਾਵੇ ਤੇ ਜਿਹੜੇ ਦਾਣੇ ਕਾਲੇ ਆ ਖਰੀਦ ਏਜੰਸੀਆਂ ਨੂੰ ਵਿਸ਼ੇਸ਼ਤਾ ਉਹ ਤੇ ਸੈਂਟਰਲੋਂ ਆਇਨਾਲਾ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ